ਪੰਜਾਬੀ ਗਾਇਕ ਬਾਲੀਵੁੱਡ 'ਚ ਤਾਂ ਧੱਕ ਪਾ ਹੀ ਰਹੇ ਨੇ, ਇਸ ਦੇ ਨਾਲ ਹੀ ਗੋਰਿਆਂ ਨੂੰ ਵੀ ਆਪਣਾ ਦੀਵਾਨਾ ਬਣਾ ਰਹੇ ਨੇ। ਦੱਸ ਦਈਏ ਕਿ ਬੀਤੇ ਦਿਨੀ ਕਰਨ ਔਜਲਾ ਨੇ ਯੂਨੋ ਅਵਾਰਡਸ ਦੇ ਵਿੱਚ ਪਰਫਾਰਮ ਕੀਤਾ ਸੀ, ਜਿਸ ਵਿੱਚ ਪੰਜਾਬੀ ਗਾਇਕ ਕਰਨ ਔਜਲਾ ਨੇ ਗੋਰਿਆਂ ਨੂੰ ਆਪਣਾ ਫੈਨ ਬਣਾ ਲਿਆ। And the award for TikTok Juno fan choice goes to Karan Aujla, aka the Tandy Machine. Karan Aujla is currently considered one of the most popular Punjabi singers in the world. ਇਸ ਦੇ ਨਾਲ ਹੀ ਇਸ ਪੰਜਾਬੀ ਕਲਾਕਾਰ ਨੇ ਜੂਨੋਸ ਦੇ ਵਿੱਚ ਪਰਫਾਰਮ ਕਰਨ ਵਾਲੇ ਸਿਤਾਰਿਆਂ ਦੇ ਵਿੱਚ ਵੀ ਆਪਣਾ ਨਾਮ ਦਰਜ ਕਰਵਾ ਲਿਆ। ਕਰਨ ਔਜਲਾ ਨੇ ਇਸ ਦਾ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤਾ, ਜਿਸ ਨੂੰ ਚਾਹਣ ਵਾਲਿਆਂ ਵੱਲੋਂ ਬੇਹੱਦ ਪਸੰਦ ਵੀ ਕੀਤਾ ਜਾ ਰਿਹਾ। ਇਸ ਦੇ ਨਾਲ ਹੀ ਔਜਲੇ ਨੂੰ ਲਗਾਤਾਰ ਵਧਾਈਆਂ ਵੀ ਮਿਲ ਰਹੀਆਂ ਨੇ। ਦਰਅਸਲ ਕਰਨ ਔਜਲਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਕਲਾਕਾਰ ਨੇ ਲਿਖਿਆ ਹੈ, ਲੁੱਕ ਵਟ ਵੀ ਡਿਡ, ਮਾਈ ਪੀਪਲ ਕੀਪ ਇਟ ਰੀਅਲ। ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਜਦ ਗਾਇਕ ਦਾ ਇਸ ਖਿਤਾਬ ਲਈ ਨਾਮ ਲਿਆ ਗਿਆ ਤਾਂ ਪੂਰੇ ਹਾਲ ਦੇ ਵਿੱਚ ਚੀਕਾਂ ਗੂੰਜ ਉੱਠੀਆਂ। ਤੇ ਗਾਇਕ ਨੂੰ ਪੰਜਾਬੀਆਂ ਸਮੇਤ ਗੋਰਿਆਂ ਵੱਲੋਂ ਵੀ ਬੇਹੱਦ ਪਿਆਰ ਮਿਲ ਰਿਹਾ। ਵੀਡੀਓ ਵਿੱਚ ਵੇਖ ਸਕਦੇ ਹਾਂ ਕਿ ਕਰਨ ਔਜਲਾ ਨੇ ਸਟੇਜ ਤੇ ਇੱਕ ਸਪੀਚ ਵੀ ਦਿੱਤੀ, ਜਿਸ ਦੌਰਾਨ ਉਹਨਾਂ ਨੇ ਪਰਮਾਤਮਾ ਦਾ ਸ਼ੁਕਰ ਕਰਦੇ ਹੋਏ ਆਪਣੇ ਪਰਿਵਾਰ ਦਾ ਵੀ ਸ਼ੁਕਰਾਨਾ ਕੀਤਾ। ਇਸ ਦੌਰਾਨ ਗਾਇਕ ਔਜਲਾ ਸਟੇਜ ਤੇ ਬੇਹੱਦ ਭਾਵੁਕ ਹੋ ਗਏ। ਉਹਨਾਂ ਆਪਣੀ ਇਸ ਜਿੱਤ ਦਾ ਸਿਹਰਾ ਆਪਣੇ ਚਾਹਣ ਵਾਲਿਆਂ ਸਣੇ ਪਰਿਵਾਰ ਨੂੰ ਦਿੱਤਾ।